ਪ੍ਰੈਜ਼ੈਂਟ ਸਟੇਸ਼ਨ ਦਾ ਪੈਗ ਤੇ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਬਿਊਟੀ ਨੰਬਰ 1 ਕੰਟੈਸਟ ਇਨ ਦੇਸ਼ ਭਗ ਯੂਨੀਵਰਸਿਟੀਆਂ ਦੀ ਦੌੜ ਆ ਜਾ ਅਜਾ ਪਿੱਛੇ 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 ਦੇਖੋ ਪਿੱਛੇ ਲੋ ਜੀ ਦੇਸ਼ ਭਗ ਯੂਨੀਵਰਸਿਟੀ ਦੇ ਸਭ ਤੋਂ ਪਹਿਲਾਂ ਜਿਹੜਾ ਬਾਈ ਆਉਣ ਲੱਗਿਆ ਬਹੁਤ ਐਨਰਜੈਟਿਕ ਆ ਐਸੀ ਘੈਂਟ ਚੀਜ਼ ਕਰਕੇ ਦਿਖਾਊਗਾ ਜਿਹੜੀ ਤੁਸੀਂ ਅੱਜ ਤੱਕ ਕਦੀ ਨਹੀਂ ਦੇਖੀ ਆ ਬਾਈ ਕੁੜੀਆਂ ਜਿਹੜੀਆਂ ਜਿਹੜੀਆਂ ਪਿੱਛੇ ਉਹ ਕਰਦੀਆਂ ਸੀ ਨਾ ਚਲਾਕੀਆਂ ਜਾਂ ਸ਼ਰਾਰਤਾਂ ਕਰਦੀਆਂ ਉਹਨਾਂ ਨੂੰ ਬੁਲਾਉਂਦੇ ਚਾਰ ਪੰਜ ਕੁੜੀਆਂ ਨੂੰ ਵਧੀਆ ਵਧੀਆ ਸੈਲਫੀ ਖਿੱਚ ਲਓ ਪਹਿਲਾਂ ਆਹੀ ਗੱਲ ਅੱਛਾ ਕਰਨਾ ਕੀ ਸਟੇਸ਼ਨ ਦੇ ਬੈਗ ਦਾ ਢੇਰ ਆਏ ਢੇਰ 'ਚ ਕਰਨਾ ਕੀ ਹੁੰਦਾ ਤੁਸੀਂ ਉੱਦਾਂ ਦੇ ਆਪਸ 'ਚ ਪੰਗੇ ਲੈਂਦੇ ਰਹਿੰਦੀਆਂ ਕੁੜੀਆਂ ਹੈ ਨਾ ਆਹ ਚਮਚੇ ਆ ਜੀ ਪੰਜ ਗੁੜੀਆਂ ਤੁਸੀਂ ਪੰਜ ਚਮਚੇ ਪੰਜ ਨਿੰਬੂ ਤੁਹਾਨੂੰ ਦਊਂਗਾ ਅੱਛਾ ਕਿਹੜਾ ਲੱਗਦਾ ਪੰਜਾਂ ਚੋਂ ਕਿਹੜੀ ਜਿੱਤੂਗੀ ਆ ਮੈਂ ਇੱਕ ਇੱਕ ਕਰਕੇ ਦੱਸੂਗਾ ਤੁਸੀਂ ਰੌਲਾ ਪਾ ਕੇ ਦੱਸਿਓ ਮੈਡਮ ਜੀ ਅੱਛਾ ਤੁਹਾਡੀਆਂ ਸਹੇਲੀਆਂ ਨਹੀਂ ਹੈਗੀਆਂ ਅੱਛਾ ਹੁਣ ਇਹਨਾਂ ਵੀ ਤਾਂ ਕੂਕਾਂ ਮਾਰਦੀਆਂ ਇਹਨਾਂ ਵੀ ਤੁਸੀਂ ਨਹੀਂ ਮਾਰ ਸਕਦੇ ਇੱਧਰ ਅੱਛਾ ਫਿਰ ਤੁਸੀਂ ਜੀ ਨਹੀਂ ਸਹੀ ਤੁਹਾਡੀ ਰਿਸ਼ਤੇਦਾਰ ਹੋਵੇ ਓਕੇ ਰੈਡੀ ਕਰਨਾ ਹੀ ਹੈ ਪਹਿਲਾਂ ਪੰਜ ਚੱਕਰ ਇੱਥੇ ਕੱਟਣੇ ਹੈ ਪੰਜ ਚੱਕਰ ਇੱਥੇ ਕੱਟਣੇ ਆ ਫਿਰ ਸਿੱਧਾ ਜਾਣਾ ਜਿਹੜਾ ਸਿੱਧਾ ਉਹ ਮੈਡਮ ਜੀ ਖੜੇ ਕੀਤੇ ਆ ਹਨਾ ਉਹ ਝੰਡਾ ਤੁਹਾਡਾ ਉੱਥੇ ਹੱਥ ਲਾਉਣਾ ਤੁਸੀਂ ਜਾ ਕੇ ਠੀਕ ਹੈ ਟੂ ਵਨ ਪੰਜ 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 ਓਕੇ ਬਾਈ ਜਾਵਾ ਜਾਵਾ ਜਾਵਾ
ਤੁਸੀਂ ਤੁਸੀਂ ਤਾਂ ਆਊਟ ਹੋ ਗਏ ਸੀ ਹੈ ਨਾ, ਤੁਸੀਂ ਤਾਂ ਕੱਲ੍ਹ ਹੀ ਕੰਪਲੀਟ ਕਰਨਾ ਸੀ, ਤੁਸੀਂ ਵੀ ਛੱਡਦੇ ਹੋ ਜੀ। ਇਹਨਾਂ ਨੇ ਪੰਜ ਕੱਢੇ ਪੂਰੇ, ਇਹਨਾਂ ਨੇ ਪੰਜ ਕੱਢੇ, ਸਿਰਫ ਇਹਨਾਂ ਦੇ ਤੇ ਇਹਨਾਂ 'ਚ ਡਾਊਟ ਆਪਾਂ ਨੂੰ ਹੈ ਨਾ ਦੋਵਾਂ ਜਾਣੇ 'ਚ। ਇੱਥੇ ਆ ਜਾਓ ਤੁਸੀਂ ਹੁਣ, ਇੱਥੇ ਤੁਸੀਂ ਦੋਵਾਂ ਦੇ ਵਿੱਚੋਂ ਪੰਜ ਚੱਕਰ ਕੱਢ ਕੇ, ਪੰਜ ਗੇੜੇ ਕੱਢ ਕੇ ਆ ਗਿਣ ਲਿਓ ਬਈ ਸਾਰੇ ਇਹਨਾਂ ਦੋਵਾਂ ਜਾਣੇ ਦੇ। ਠੀਕ ਹੈ, 3 2 1 ਸਟਾਰਟ। ਇੱਕ, ਦੋ, ਉਹ ਤੇਰੀ, ਤਿੰਨ, ਉਹ ਤਿੰਨ, ਉਹ ਤਿੰਨ, ਵਾਪਸ ਵਾਪਸ, ਉਹ ਵਾਪਸ 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 ਵਾਪਸ, ਤਿੰਨ ਤਿੰਨ। ਬਸ ਖਤਮ ਹੋ ਗਿਆ, ਘਰੇ ਜਾਓ। ਰਸਨਾ ਜੀ ਤੁਸੀਂ ਜਿੱਤ ਗਏ, ਤੇ ਬੇਇੱਜ਼ਤੀ ਸਮਝਾਂ ਕਿ ਇੱਜ਼ਤ ਸਮਝਾਂ? ਇੱਜ਼ਤ ਇੱਜ਼ਤ। ਥੈਂਕ ਯੂ ਜੀ। ਉਹ ਕਿਸੇ ਕੰਮ ਦਾ ਇਸ਼ਕ ਨਹੀਂ ਮਿੱਤਰਾਂ ਦੇ, ਉਹ ਸਭ ਟਾਟੇ ਬਿਰਲੇ ਲਿੱਤਰਾਂ ਦੇ, ਨਾ ਬਹੁਤੀ ਸੋਹਣੀ ਸ਼ਕਲ ਯਾਰਾਂ ਦੀ, ਓ ਨਾ ਬਹੁਤੀ ਸੋਹਣੀ ਸ਼ਕਲ ਯਾਰਾਂ ਦੀ, ਤੇ ਨਾ ਹੀ ਕੋਈ ਕਮਾਈ। ਉਹ ਸਾਡੇ ਕਰਮਾਂ 'ਚ ਹੀਰ ਕਿੱਥੇ, ਸਾਨੂੰ ਨਾ ਕਦੇ ਤਾਸ਼ 'ਚ ਬੈਗੀਰੀ ਆਈ। ਸਾਡੇ ਕਰਮਾਂ 'ਚ ਹੀਰ ਕਿੱਥੇ, ਸਾਨੂੰ ਨਾ ਕਦੇ ਤਾਸ਼ 'ਚ ਬੈਗੀਰੀ ਆਈ। ਚੰਗੇ ਭਾਗ ਸੀ ਜੋ ਮਿਲੀ ਮੈਨੂੰ ਤੂੰ ਸੋਹਣੀਏ, ਆ ਕੇ ਬਣੀ ਮੇਰੇ ਮਾਪਿਆਂ ਦੀ ਨੂੰ ਸੋਹਣੀਏ। ਖੰਡ ਮਿਸ਼ਰੀਏ ਤੇਰਾ ਮਿੱਠਾ ਜਿਹਾ ਹਾਸ਼ਾ, ਖੰਡ ਮਿਸਰੀਏ ਤੇਰਾ ਮਿੱਠਾ ਜਿਹਾ ਹਾਸਾ, ਗੱਲਾਂ ਦਿਲ ਤੇ ਕਰਾਈ ਰੱਖਦਾ। ਸੁਣ ਚੱਲੀਏ ਨੀ ਰੰਗ ਮਿੱਤਰਾਂ ਦਾ ਪੱਕਾ, ਤੈਨੂੰ ਨਜ਼ਰੋਂ ਬਚਾਈ ਰੱਖਦਾ। ਦੇਖਿਆ ਸੀ ਪਹਿਲੀ ਵਾਰ ਝੱਟ ਹੋ ਗਿਆ ਪਿਆਰ, ਜਾ ਕੇ ਫੁੱਲ ਉਹਦੇ ਕਦਮਾਂ 'ਚ ਰੱਖਤਾ। ਉਹਨੇ ਗੌਰ ਵੀ ਨਾ ਕੀਤੀ ਮੇਰੇ ਦਿਲ ਤੇ ਕੀ ਬੀਤੀ, ਮੇਰੇ ਸ਼ਕੇ ਦਾ ਫਾਹਾਂ ਜਿਹਾ ਵੱਢਤਾ। ਉਹ ਦੱਸੋ ਕਿਵੇਂ ਸਮਝਾਵਾਂ ਦਿਲ ਨੂੰ, ਉਹ ਕੁੜੀ ਮੱਲੋ ਮੱਲੀ ਜਾਵੇ ਠੱਗਦੀ, ਕਿਵੇਂ ਕਰਾਂ ਪ੍ਰਪੋਜ਼ ਮਿੱਤਰੋ, ਤੁਹਾਡੀ ਭਾਬੀ ਗੁੱਸੇ ਵਾਲੀ ਲੱਗਦੀ। ਉਹ ਕਿਵੇਂ ਕਰਾਂ ਪ੍ਰਪੋਜ਼ ਮਿੱਤਰੋ, ਤੁਹਾਡੀ ਭਾਬੀ ਗੁੱਸੇ ਵਾਲੀ ਲੱਗਦੀ। ਥੈਂਕ ਯੂ ਭਰਾ, ਥੈਂਕ ਯੂ, ਬਹੁਤ ਵਧੀਆ ਲੱਗਿਆ, ਥੈਂਕ ਯੂ। ਕਰਨੇ ਕਿਕਲੀ ਬਾਈ ਦੀ ਬਸ ਆਹ ਕਰਨਾ, ਜਿਹੜਾ ਚਾਰਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਰ ਲੂਗਾ ਉਹ ਜਿੱਤ ਜੂਗਾ, ਉਹਨੂੰ ਅਸੀਂ ਇਨਾਮ ਦੇਵਾਂਗੇ, ਇਨਾਮ ਬਹੁਤ ਘੈਂਟਾ। ਚਲੋ ਜੀ ਐਕਸ਼ਨ ਸਟਾਰਟ। ਕੀ ਬਾਤ ਹੈ, ਡਾਕਟਰਾਂ ਤੇਜ਼ ਥੋੜੀਆਂ ਤੇਜ਼ 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 ਥੋੜਾ ਤੇਜ਼, ਵੈਰੀ ਗੁੱਡ। ਆ ਪਿੰਕ ਵਾਲੇ ਕਰਨਗੇ ਕਮਾਲ, ਕਿਆ ਬਾਤ। ਚਲੋ ਜੀ, ਇੱਕ, ਦੋ, ਜਿਹੜੀ ਐਂਡ 'ਚ ਰਹੂਗੀ ਤੇਜ਼ ਤੇਜ਼, ਓ ਤੇਜ਼।
ਡਾਕਟਰੀਆਂ ਤੇਜ਼ ਨਹੀਂ ਕਰ ਰਹੀਆਂ ਖਿੱਚੋ 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 ਚੱਕੋ ਚੱਕੋ ਕਰ ਦਿਓ ਕਰ ਦਿਓ ਕੋਈ ਨਹੀਂ ਓ ਯਾਰ ਪਰ ਦੋ ਤੁਹਾਡੇ ਦੋਵਾਂ ਲਈ ਵੀ ਤਾੜੀਆਂ ਮਾਰਨੀਆਂ ਕਮਾਲ ਕਰ ਦਿੱਤੀ ਬਹੁਤ ਵਧੀਆ ਹਾਂਜੀ ਗਲਤ ਹੈ ਜੀ ਬਿਲਕੁਲ ਗਲਤ ਗੱਲ ਹੈ ਆਓ ਜੀ ਕੀ ਕਰ ਸਕਦੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਕੀ ਤੁਹਾਡਾ ਰਵਿੰਦਰ ਕੌਰ ਰਵੀਨਾ ਰਵੀਨਾ ਸਾਰੇ ਨਾਂ ਆਰ ਤੋਂ ਹੀ ਸ਼ੁਰੂ ਹੁੰਦੇ ਪਿਛਲੀ ਰਸਨਾ ਰਵੀਨਾ ਅਰਵਿੰਦਰ ਆਓ ਜੀ ਕਿਆ ਬਾਤ ਹੈ ਤੁਹਾਡੇ ਦੋਵਾਂ ਲਈ ਨਾਈਨ ਐਕਸਟ੍ਰੈਸ਼ਨ ਵੱਲੋਂ ਮੁਬਾਰਕਾਂ ਤੁਹਾਨੂੰ ਥੈਂਕ ਯੂ ਜੀ ਤੁਹਾਡੇ ਹਿਸਾਬ ਦੇ ਨਾਲ ਪੰਜਾਬ ਦੀ ਬਿਊਟੀ ਨੰਬਰ 1 ਕੀ ਹੈ ਜੀ ਜਿਹਦਾ ਦਿਲ ਸਾਫ ਆ ਅੱਛਾ ਸੱਭਿਆਚਾਰ ਅੱਛਾ ਸੱਭਿਆਚਾਰ ਹਾਂ ਜੋ ਸੱਚ ਬੋਲੇ ਤੇ ਚੀਟਿੰਗ ਨਾ ਕਰੇ ਕਰਪਟਡ ਨਾ ਹੋਵੇ ਚਲੋ ਆਲੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਪਤਾ ਹੈ ਕਿ ਗੋਦਰੇ ਨੰਬਰ 1 ਤੇ 9 ਐਕਸਟ੍ਰੈਸ਼ਨ ਮਿਲ ਕੇ ਲੱਭ ਰਹੇ ਨੇ ਪੰਜਾਬ ਦੀ ਬਿਊਟੀ ਨੰਬਰ 1 ਤੇ ਇਹ ਹੈ ਵੂਮੈਨ ਸਪੈਸ਼ਲ ਵੀਕ ਇਸ ਕਰਕੇ ਅਸੀਂ ਇਸ ਹਫਤੇ ਇੱਕ ਵਿਨਰ ਨਹੀਂ ਦੋ ਵਿਨਰ ਚੂਜ਼ ਕੀਤੇ ਨੇ ਲੈਟਸ ਵੈਲਕਮ ਅਨਮੋਲ ਜੀ ਫਰੋਮ ਚੰਡੀਗੜ੍ਹ ਐਂਡ ਚਰਨਜੀਤ ਕੌਰ ਜੀ ਫਰੋਮ ਪਟਿਆਲਾ ਆਓ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਠੀਕ ਠਾਕ ਹਾਂ ਜੀ ਤੁਸੀਂ ਮੈਂ ਵੀ ਠੀਕ ਆ ਜੀ ਵੈਸੇ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਹਜ਼ਾਰਾਂ ਐਂਟਰੀਜ਼ ਤੁਸੀਂ ਭੇਜੀਆਂ ਉਹਦੇ ਲਈ ਥੈਂਕ ਯੂ ਪਰ ਉਹਨਾਂ ਵਿੱਚੋਂ ਅਸੀਂ ਸਿਰਫ ਇਹ ਦੋਨੋਂ ਚੂਜ਼ ਕੀਤੇ ਨੇ ਤੇ ਇਹ ਦੋਨੋਂ ਮੇਰੇ ਨਾਲ ਖੜੇ ਨੇ ਤੁਸੀਂ ਸਪੈਸ਼ਲੀ ਪਟਿਆਲੇ ਤੋਂ ਆਏ ਹੋ ਹਾਂਜੀ ਤੁਸੀਂ ਜੌਬ ਕਰਦੇ ਹੋ ਹਾਂਜੀ ਤੇ ਆਪਣੀ ਜੌਬ ਖਤਮ ਕਰਨ ਤੋਂ ਬਾਅਦ ਸਾਡੇ ਸ਼ੋਅ ਟੈਸ਼ਨ ਦੇ ਪੈਕ ਵਿੱਚ ਆਏ ਨੇ ਥੈਂਕ ਯੂ ਸੋ ਮਚ ਜੀ ਤੁਸੀਂ ਇੰਨਾ ਟਾਈਮ ਆਪਣਾ ਸਾਰਾ ਕਰਕੇ ਕੱਢ ਕੇ ਫਿਰ ਤੁਸੀਂ ਸਾਡੇ ਕੋਲ ਪਹੁੰਚੇ ਹੋ ਭਾਈ ਤੁਸੀਂ ਕੀ ਕਰਦੇ ਹੋ ਮੈਂ ਸਾਡੀ ਆਪਣੀ ਐਨ ਜੀ ਓ ਹੈ ਇੱਥੇ ਚੰਡੀਗੜ੍ਹ ਵਿੱਚ ਅੱਛਾ ਐਨ ਜੀ ਓ ਚਲਾਉਂਦੇ ਤੁਸੀਂ ਅੱਛਾ ਕਿਵੇਂ ਐਂਟਰੀ ਕਿਵੇਂ ਭਰੀ ਸੀ ਤੁਸੀਂ ਅਸੀਂ ਟੀਵੀ ਤੋਂ ਇੱਕ ਪ੍ਰੋਗਰਾਮ ਦੇਖ ਰਹੇ ਸੀ ਹਾਂ ਹਾਂ ਤੇ ਉਹਦੇ ਤੋਂ ਹੀ ਆ ਰਿਹਾ ਸੀ ਕਹਿੰਦਾ ਇਸ ਨੰਬਰ ਤੇ ਮਿਸ ਕਾਲ ਕਰੋ ਹਾਂ ਤੁਸੀਂ ਮਿਸ ਕਾਲ ਕੀਤੀ ਹਾਂ ਜੀ ਮੈਂ ਮਿਸ ਕਾਲ ਕੀਤੀ ਫਿਰ ਉਹਦੀ ਬੈਕ ਕਾਲ ਆਈ ਅੱਛਾ ਤੇ ਤੁਸੀਂ ਭਾਜੀ ਮੈਂ ਰੇਡੀਓ ਤੇ ਸੁਣਿਆ ਸੀਗਾ ਕਿ WhatsApp ਕਰੋ ਮੈਂ WhatsApp ਤੇ ਆਪਣੀ ਪੂਰੀ ਡਿਟੇਲਸ ਭੇਜੀ ਤੇ ਉਹਨਾਂ ਨੂੰ ਮੇਰੀ ਐਂਟਰੀ ਕਾਫੀ ਪਸੰਦ ਆਈ ਤੇ ਉਹਨਾਂ ਨੂੰ ਮੈਨੂੰ ਕਾਲ ਕੀਤਾ ਤੇ ਲੱਕੀ ਵਿਨਰ ਚੁਣਿਆ ਆਏ ਖੁਸ਼ ਹੋ ਜੀ ਹਾਂ ਜੀ ਹਾਂ ਬਹੁਤ ਖੁਸ਼ੀ ਆ ਖਾਸ ਕਰਕੇ ਤੁਹਾਨੂੰ ਮਿਲ ਕੇ ਅਰੇ ਥੈਂਕ ਯੂ ਤੁਹਾਡਾ ਪਿਆਰ ਹੈ ਜੀ ਅੱਛਾ ਜਦੋਂ ਤੁਹਾਨੂੰ ਪਤਾ ਕਿ ਵੂਮਨ ਸਪੈਸ਼ਲ ਵੀਕ ਚੱਲ ਰਿਹਾ ਕਿ ਤੁਹਾਡੇ ਹਿਸਾਬ ਦੇ ਨਾਲ ਇੱਕ ਸੋਹਣੀ ਮੁਟਿਆਰ ਨੂੰ ਜੇ ਆਪਾਂ ਐਕਸਪਲੇਨ ਕਰਨਾ ਹੋਵੇ ਤਾਂ ਉਹ ਕਿੱਦਾਂ ਦੀ ਹੁੰਦੀ ਹੈ ਸੋਹਣੀ ਕੁੜੀ ਮੈਂ ਤਾਂ ਸੋਹਣੀ ਕੁੜੀ ਉਹਨਾਂ ਹੀ ਮੰਨਾਂ ਕਿ ਜਿਹੜੀ ਕੁੜੀ ਸਭ ਤੋਂ ਜ਼ਿਆਦਾ ਪੜ੍ਹਾਈ ਕਰਦੀ ਹੋਵੇ ਤੇ ਨਾਲ ਹੀ ਆਪਣੇ ਘਰਦਿਆਂ ਦਾ ਵੀ ਖਿਆਲ ਰੱਖੇ ਕਿ ਉਹ ਪੇਰੈਂਟਸ ਦਾ ਜਿਨ੍ਹਾਂ ਨੇ ਉਹਨੂੰ ਬਾਹਰ ਕਾਲਜ ਤੱਕ ਪੜ੍ਹਨ ਭੇਜਿਆ ਓਕੇ ਦੈਟਸ ਸੋ ਗੁੱਡ ਦੈਟਸ ਸੋ ਸਵੀਟ ਕਿ ਇੱਕ ਉਹ ਸੋਹਣੀ ਕੁੜੀ ਉਹ ਹੁੰਦੀ ਹੈ ਜਿਹੜੀ ਸਭ ਤੋਂ ਜ਼ਿਆਦਾ ਪੜ੍ਹਾਈ ਕਰੇ ਚਰਨਜੀਤ ਨੇ ਬਹੁਤ ਵਧੀਆ ਆਨਸਰ ਦਿੱਤਾ ਜੀ ਜੀ ਭਾਈ ਤੁਹਾਡੇ ਹਿਸਾਬ ਦੇ ਨਾਲ ਸੋਹਣੀ ਕੁੜੀ ਨੂੰ ਜੇ ਡਿਸਕ੍ਰਾਈਬ ਕਰੀਏ ਤਾਂ ਮੇਰੇ ਹਿਸਾਬ ਦੇ ਨਾਲ ਜੇ ਕੁੜੀ ਬਾਹਰੋਂ ਦੇਖਣ 'ਚ ਵੀ ਸੋਹਣੀ ਹੈ ਅਤੇ ਅੰਦਰੋਂ ਵੀ ਸੋਹਣੀ ਹੈ ਤਾਂ ਉਹੀ ਇੱਕ ਮਤਲਬ ਬਿਊਟੀਫੁਲ ਹੈ ਓਕੇ ਕਿਆ ਬਾਤ ਹੈ ਅੱਛਾ ਜਿਹੜੇ ਬੰਦੇ ਹੁਣ ਘਰ ਬੈਠੇ ਸੋਚ ਰਹੇ ਕਿ ਅਸੀਂ ਵੀਡੀਓ ਭੇਜੀਏ ਜਾਂ ਨਾ ਭੇਜੀਏ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਉਹਨਾਂ ਨੂੰ ਕਹਿੰਦੇ ਆ ਸਭ ਤੋਂ ਵਧੀਆ ਆਪਣਾ ਜੋ ਵੀ ਉਹਨਾਂ ਨੂੰ ਹਨਾ ਬਿਊਟੀ ਸਭ ਤੋਂ ਵਧੀਆ ਲੱਗਦਾ ਪੰਜਾਬ ਦਾ ਉਹ ਜ਼ਰੂਰ ਭੇਜਣ ਤੇ ਸ਼ਾਇਦ ਉਹ ਵੀ ਸਾਡੇ ਦੀ ਤਰ੍ਹਾਂ ਵਿਨਰ ਹੋ ਜਾਣ ਹਾਏ 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 ਦੈਟਸ ਸੋ ਸਵੀਟ ਭਾਈ ਤੁਸੀਂ ਜਿਹੜੇ ਐਂਟਰੀ ਬੈਠੇ ਸੋਚ ਰਹੇ ਕਰੇਗੀ ਭੇਜੀ ਜਨਾ ਮੈਂ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੇ ਮਨ ਨਾਲ ਭੇਜੋ ਤੇ ਬਹੁਤ ਹੀ ਆਸਾਨ ਪ੍ਰੋਸੈਸ ਹੈ ਤੁਸੀਂ WhatsApp ਕਰ ਸਕਦੇ ਹੋ ਈਮੇਲ ਕਰ ਸਕਦੇ ਹੋ ਤਾਂ ਯੂ ਨੈਵਰ ਨੋ ਇਫ ਯੂ ਗੋਣਾ ਬੀ ਔਨ ਦ ਸਟੇਜ ਲਾਈਕ ਮੀ ਥੈਂਕ ਯੂ ਸੋ ਮਚ
थैंक यू भाजी, थैंक यू जी, थैंक यू सो मच। मैं बहुत खुश हुई तुम दोनों दूरों दूरों आए हो ऐसे चंडीगढ़ तो छोटा ब्रेक। अपनी एंट्रीज भेजने सोचो ना, जल्दी जल्दी अपनी एंट्रीज भेजो।